ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਸੰਜੀਵ ਯਾਸ਼ਕਰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੁੱਦਾ ਦੇ ਵਿੱਚ ਵਿਸ਼ਨ 2022 ਇਹ ਹੈ ਮੁੱਦਾ ਇਲੈਕਸ਼ਨਸ ਹੋ ਰਹੀਆਂ ਨੇ ਨਾ ਪੰਜਾਬ ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਸਿਆਸੀ ਆਗੂ ਨੇ ਤੇ ਜੋ ਪਬਲਿਕ ਹੈ ਜਿਨ੍ਹਾਂ ਨੇ ਵੋਟ ਪਾਉਣੀ ਹੈ ਤੇ ਜਿਨ੍ਹਾਂ ਨੇ ਵੋਟ ਲੈਣੀ ਆ ਉਹਨਾਂ ਦੇ ਵਿੱਚ ਇੱਕ ਸੰਵਾਦ ਹੋਣਾ ਚਾਹੀਦਾ ਕੋਈ ਗੈਪ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਿਆਸੀ ਆਗੂ ਜਿੰਨਾ ਪਬਲਿਕ ਦੇ ਨੇੜੇ ਆਉਣਗੇ ਉਹਨਾਂ ਦੇ ਆਪਣੇ ਵਾਸਤੇ ਫਾਇਦਾ ਹੈ ਉਹਨਾਂ ਦੇ ਪੋਲਿਟੀਕਲ ਕੈਰੀਅਰ ਵਾਸਤੇ ਫਾਇਦਾ ਹੈ ਉਹਨਾਂ ਦੀ ਜਿੱਤ ਦੀ ਗਾਰੰਟੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਲੋਕ ਆਪਣੇ ਮਨ ਦੀ ਗੱਲ ਦੱਸਦੇ ਨੇ ਫਿਰ ਤੁਸੀਂ ਉਹਨਾਂ ਦੇ ਮਨ ਦੇ ਗੱਲ ਦੇ ਮੁਤਾਬਿਕ ਆਪਣੇ ਸਲੋਗਨਸ ਵੀ ਬਣਾਉਂਦੇ ਹੋ ਨਾਰੇਬਾਜ਼ੀ ਵੀ ਕਰਦੇ ਹੋ ਤੇ ਆਪਣੀਆਂ ਨੀਤੀਆਂ ਵੀ ਬਣਾ ਲਓ ਤੇ ਬਹੁਤ ਵਧੀਆ ਰਹੇਗਾ ਕਿਉਂਕਿ ਜੋ ਨੀਤੀਆਂ ਲੋਕਾਂ ਨੂੰ ਸੂਟ ਕਰਦੀਆਂ ਨੇ ਉਹੀ ਨੀਤੀਆਂ ਲੋਕਾਂ ਦੇ ਵਾਸਤੇ ਸਹੀ ਰਹਿੰਦੀਆਂ ਨੇ ਪੰਜਾਬ ਦੇ ਵਾਸਤੇ ਸਹੀ ਰਹਿੰਦੀਆਂ ਨੇ ਕਿਉਂਕਿ ਹਰ ਫੀਲਡ ਦੇ ਵਿੱਚ ਲੋਕ ਹੀ ਹੁੰਦੇ ਨੇ ਲੋਕਾਂ ਦੀ ਪਾਵਰ ਹੀ ਹੁੰਦੀ ਆ ਜਿਸ ਨੂੰ ਅਸੀਂ ਇਸਤੇਮਾਲ ਕਰਦੇ ਆ ਲੋਕ ਆਪਣੀ ਪਾਵਰ ਸਿਆਸੀ ਆਗੂਆਂ ਨੂੰ ਸਿਆਸੀ ਪਾਰਟੀਆਂ ਨੂੰ ਦਿੰਦੇ ਨੇ ਤੇ ਸਿਆਸੀ ਆਗੂ ਉਹ ਸੰਵਿਧਾਨ ਦੀ ਪਾਵਰ ਲੈ ਕੇ ਉਹਨਾਂ ਵਾਸਤੇ ਕੰਮ ਕਰਦੇ ਨੇ ਇਸ ਕਰਕੇ ਸੰਵਾਦ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਬਾਬਾ ਨਾਨਕ ਜੀ ਨੇ ਸਾਨੂੰ ਸੰਵਾਦ ਰਚਾਉਣ ਦੀ ਪਰੰਪਰਾ ਨਾਲ ਹਮੇਸ਼ਾ ਜੋੜਿਆ ਤੇ ਬਾਬਾ ਨਾਨਕ ਕੀ ਫਰਮਾਉਂਦੇ ਨੇ ਕੀ ਵਚਨ ਕਰਦੇ ਨੇ ਜਬ ਲਗ ਦੁਨੀਆ ਰਹੀਏ ਨਾਨਕ ਕੁਝ ਸੁਣੀਏ ਕੁਝ ਕਹੀਏ कि ਜਦੋਂ ਤੱਕ ਇਹ ਦੁਨੀਆ ਹੈ ਉਦੋਂ ਤੱਕ ਕਹਿੰਦੇ ਵੀ ਰਹੋ ਤੇ ਸੁਣਦੇ ਵੀ ਰਹੋ ਇਹ ਕਹਿਣਾ ਸੁਣਨਾ ਹੀ ਸਾਡੇ ਸੰਬੰਧਾਂ ਨੂੰ ਮਜ਼ਬੂਤ ਕਰਦਾ ਇਹ ਕਹਿਣਾ ਸੁਣਨਾ ਹੀ ਵਿਦਿਆ ਹੈ ਸਿੱਖਿਆ ਹੈ ਜੋ ਇਹਦੇ ਉੱਤੇ ਵਿਚਾਰ ਕਰਦਾ ਹੈ ਉਹੀ ਪਰਉਪਕਾਰ ਦੀ ਭਾਵਨਾ ਨਾਲ ਅੱਗੇ ਵੱਧ ਸਕਦਾ ਤੇ ਸਿਆਸਤ ਹੈ ਹੀ ਪਰਉਪਕਾਰ ਦੀ ਭਾਵਨਾ ਨਾਲ ਭਰੀ ਹੋਈ ਕਿਉਂਕਿ ਸਿਆਸੀ ਆਗੂ ਸੇਵਕ ਹੁੰਦਾ ਰਾਜਾ ਨਹੀਂ ਹੁੰਦਾ ਏ ਸਭ ਤੋਂ ਵੱਡਾ ਸੇਵਕ ਹੁੰਦਾ ਜੋ ਸਿਆਸੀ ਆਗੂ ਸੱਤਾ ਦੇ ਵਿੱਚ ਆਉਂਦਾ ਜਿਸ ਕਰਕੇ ਲੋਕਾਂ ਦੀ ਸੇਵਾ ਕਰੋ ਰਾਜਾ ਵੀ ਸੇਵਕ ਹੀ ਹੁੰਦਾ ਕਿਉਂਕਿ ਸੰਵਿਧਾਨ ਸਭ ਨੂੰ ਇੱਕੋ ਨਜ਼ਰ ਨਾਲ ਦੇਖਦਾ ਤੇ ਸੰਵਿਧਾਨ ਦੀ ਨਜ਼ਰ ਦੇ ਵਿੱਚ ਸਭ ਬਰਾਬਰ ਨੇ ਕੋਈ ਛੋਟਾ ਵੱਡਾ ਨਹੀਂ ਇਸ ਕਰਕੇ ਪਾਵੇ ਕੋਈ ਕੁਰਸੀ ਤੇ ਬੈਠਾ ਸੱਤਾ ਦੀ ਤੇ ਪਾਵੇ ਕੋਈ ਆਮ ਲੋਕ ਨੇ ਸਾਰੇ ਦੇ ਸਾਰੇ ਬਰਾਬਰ ਨੇ ਇਸ ਕਰਕੇ ਮਿਲ ਜੁਲ ਕੇ ਕੰਮ ਕਰੋ ਸੰਵਾਦ ਨਾਲ ਕੰਮ ਕਰੋ ਪੰਜਾਬ ਨੂੰ ਜੇਤੂ ਬਣਾਓ ਕਿਉਂਕਿ ਪੰਜਾਬ ਦਾ ਜਿੱਤਣਾ ਜ਼ਰੂਰੀ ਹੈ ਅੱਜ ਲੋੜ ਹੈ ਕਿ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਕਰੀਏ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਈਆਂ ਨੇ ਜਦੋਂ ਅਸੀਂ ਰਾਜ ਸੱਤਾ ਨੂੰ ਸੰਬੋਧਿਤ ਹੋਣਾ ਜਦੋਂ ਅਸੀਂ ਰਾਜ ਸੱਤਾ ਨਾਲ ਗੱਲ ਕਰਨੀ ਹੈ ਤੇ ਇਸੇ ਤਰ੍ਹਾਂ ਦੇ ਕੁਝ ਪੁਆਇੰਟਸ ਦਿੱਤੇ ਨੇ ਜਿਸ ਦਾ ਬਾਬਾ ਨਾਨਕ ਜੀ ਨੇ ਪੁਆਇੰਟ ਦਿੱਤਾ ਹੈ ਸੰਵਾਦ ਦੀ ਰਚਨਾ ਦਾ ਉਸੇ ਤਰ੍ਹਾਂ ਹੀ ਸ਼ੇਖ ਸਾਦੀ ਉਹਨਾਂ ਨੇ ਵੀ ਪੁਆਇੰਟਸ ਦਿੱਤੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਰਾਜਪਾਠ ਨੂੰ ਅਸੀਂ ਰਾਜ ਨੂੰ ਅਸੀਂ ਪੰਜਾਬ ਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਤੇ ਸੱਭਿਆਚਾਰਕ ਤੌਰ ਤੇ ਤੇ ਉਹ ਕਿਹੜੇ-ਕਿਹੜੇ ਪੁਆਇੰਟਸ ਨੇ ਉਹਨਾਂ ਨੇ ਕਿਹਾ ਕਿ ਲਾਲਚ ਨਾ ਕਰਨ ਵਾਲੀ ਦੀ ਧੌਣ ਉੱਚੀ ਰਹਿੰਦੀ ਆ ਵਾਕਈ ਜੋ ਲਾਲਚ ਨਹੀਂ ਕਰਦਾ ਉਹਦੀ ਧੌਣ ਹਮੇਸ਼ਾ ਉੱਚੀ ਰਹਿਣੀ ਆ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਬਾਦਸ਼ਾਹ ਹੈ ਨਾ ਕਿਸੇ ਵੀ ਥਾਂ ਦੇ ਉੱਤੇ ਜਿਹੜਾ ਰਾਜਪਾਠ ਕਰ ਰਿਹਾ ਆ ਜਾਂ ਜਿਹੜਾ ਪਾਵਰ ਦੀ ਕੁਰਸੀ ਦੇ ਉੱਤੇ ਬੈਠਾ ਹੋਇਆ ਅੱਜ ਕੱਲ ਆਪਾਂ ਕਹਿ ਸਕਦੇ ਆ ਜਿਹੜੇ ਵੱਡੇ-ਵੱਡੇ ਨੇਤਾ ਪਾਵਰਸ ਦੇ ਵਿੱਚ ਬਹਿਣਗੇ ਉਹਨਾਂ ਵਾਸਤੇ ਕਿਹਾ ਕਿ ਬਾਦਸ਼ਾਹ ਤੇਰੇ ਰਾਜ ਵਿੱਚ ਕੋਈ ਯਤੀਮ ਨਾ ਹੋਵੇ ਤੂੰ ਹਮੇਸ਼ਾ ਦੂਜਿਆਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਉਹਨਾਂ ਦੇ ਨਾਲ ਖੜਾ ਰਹਿ ਕਿਸੇ ਨੂੰ ਯਤੀਮ ਨਾ ਹੋਣ ਦੇ ਕਿਸੇ ਨੂੰ ਬੇਸਹਾਰਾ ਨਾ ਹੋਣ ਦੇ ਅੱਗੇ ਉਹ ਲਿਖਦੇ ਨੇ हे ਮਨੁੱਖ ਇਨਸਾਨ ਨੂੰ ਕਿਹਾ ਤੇਰੀ ਜੀਬ ਤਨਵਾਦ ਕਰਨ ਵਾਸਤੇ ਐ ਤੇ ਪ੍ਰਸ਼ੰਸਾ ਕਰਨ ਵਾਸਤੇ ਐ ਇਸ ਜੀਬ ਦਾ ਇਸਤੇਮਾਲ ਦੂਜੇ ਦੇ ਪ੍ਰਤੀ ਗਲਤ ਸ਼ਬਦਾਵਲੀ ਇਸਤੇਮਾਲ ਕਰਨ ਵਾਸਤੇ ਬਿਲਕੁਲ ਨਹੀਂ ਕਰਨਾ ਆਪਣੀ ਮਾਂ ਬੋਲੀ ਪੰਜਾਬੀ ਦੀ ਆਪਣੀ ਪਾਸ਼ਾ ਦਾ ਸਹੀ ਇਸਤੇਮਾਲ ਕਰਨਾ ਸੋ ਅਗਲੀ ਗੱਲ ਉਹ ਕਹਿੰਦੇ ਨੇ ਜੋ ਬੁੱਧੀਮਾਨ ਹੁੰਦਾ ਉਹ ਸਹਿਨਸ਼ੀਲ ਹੁੰਦਾ ਟੋਲਰੈਂਟ ਹੁੰਦਾ ਬਰਦਾਸ਼ਤ ਕਰਦਾ ਦੂਜੇ ਦੀ ਹੋਂਦ ਨੂੰ ਬਰਦਾਸ਼ਤ ਕਰਦਾ ਜੋ ਬੁੱਧੀਮਾਨ ਹੁੰਦਾ ਹੈ ਕਦੀ ਕਿਸੇ ਦੇ ਖਿਲਾਫ ਨਹੀਂ ਹੁੰਦਾ ਕਦੀ ਕਿਸੇ ਦੀ ਨਿੰਦਾ ਨਹੀਂ ਕਰਦਾ ਕਦੀ ਕਿਸੇ ਨੂੰ ਨੀਵਾ ਨਹੀਂ ਦਿਖਾਉਂਦਾ ਹਮੇਸ਼ਾ ਉਹਨੂੰ ਆਪਣੇ ਬਰਾਬਰ ਰੱਖ ਕੇ ਉਹ ਨਾਲ ਸਮਾਨ ਗੱਲ ਕਰਦਾ ਉਹਦੇ ਨਾਲ ਉਹੀ ਸਲੂਕ ਕਰਦਾ ਜਿਹੜਾ ਸਲੂਕ ਉਹ ਖੁਦ ਆਪਣੇ ਲਈ ਚਾਹੁੰਦਾ ਅੱਗੇ ਲਿਖਦੇ ਨੇ ਸ਼ੇਖ ਸਾਦੀ ਕਿ ਜਿਹੋ ਜਿਹਾ ਤੂੰ ਹੈ ਐਕਚੁਅਲੀ ਸਹੀ ਤੌਰ ਤੇ ਤੂੰ ਉਦਾਂ ਦਾ ਹੀ ਬਣ ਕੇ ਦਿਖਾ ਨਕਲੀ ਨਾ ਬਣ ਕੇ ਦਿਖਾ ਜਿਹੜੇ ਸਿਆਸੀ ਆ ਗੋ ਨਕਲੀ ਬਣ ਕੇ ਦਿਖਾਉਂਦੇ ਨੇ ਇਹ ਉਹਨਾਂ ਵਾਸਤੇ ਹੈ ਜੋ ਤੁਸੀਂ ਅਸਲ ਵਿੱਚ ਹੋ ਉਹੀ ਚੀਜ਼ ਸਾਹਮਣੇ ਰੱਖੋ ਉਹਦਾਂ ਦੇ ਬਣ ਕੇ ਲੋਕਾਂ ਦੇ ਸਾਹਮਣੇ ਆਓ ਕਿਉਂਕਿ ਅਸਲੀਅਤ ਇੱਕ ਨਾ ਇੱਕ ਦਿਨ ਖੁੱਲ ਜਾਣੀ ਆ ਭਾਵੇਂ ਜਿੰਨੇ ਮਰਜ਼ੀ ਝੂਠ ਬੋਲੋ ਜਿੰਨੀਆਂ ਮਰਜ਼ੀ ਝੂਠੀਆਂ ਤਾਰੀਫਾਂ ਆਪਣੀਆਂ ਕਰਵਾ ਲਓ ਜਿੰਨੇ ਮਰਜ਼ੀ ਸਵਾੰਗ ਰਚ ਲਵੋ ਜਿੰਨੇ ਮਰਜ਼ੀ ਵੱਡੇ ਬਹਿਰੂਪੀਏ ਬਣ ਜਾਓ ਪਰ ਅਸਲੀਅਤ ਸਾਹਮਣੇ ਆਏਗੀ ਇਸ ਕਰਕੇ ਪਹਿਲਾਂ ਹੀ ਸੱਚ ਦੇ ਉੱਤੇ ਰਵੋ ਅਸਲੀਅਤ ਦੇ ਉੱਤੇ ਰਵੋ ਜਿੱਦਾਂ ਦੇ ਹੋ ਉਹਦਾਂ ਦੇ ਬਣ ਕੇ ਦਿਖਾਓ ਸਭ ਨੂੰ ਅਗਲੀ ਗੱਲ ਉਹ ਲਿਖਦੇ ਨੇ ਕਿ हे ਬੰਦੇ ਤੂੰ ਮਿੱਟੀ ਦੇ ਵਾਕਣ ਦੀਨ ਹੋ ਜਾ ਮਿੱਟੀ ਦੇ ਵਾਕਣ ਸਰੈਂਡਰ ਕਰ ਦੇ ਆਪਣੇ ਆਪ ਨੂੰ ਤੇ ਅੱਗ ਨਾ ਬਣ ਦੂਜਿਆਂ ਨੂੰ ਨਾ ਸਾੜ ਕਿਉਂਕਿ ਜੇ ਦੂਜਿਆਂ ਨੂੰ ਸਾੜੇਗਾ ਪਹਿਲਾਂ ਆਪ ਵੀ ਉਸ ਅੱਗ ਦੇ ਵਿੱਚ ਸੜੇਗਾ ਤਾਂ ਦੂਜਿਆਂ ਨੂੰ ਸਾੜੇਗਾ ਇਸ ਕਰਕੇ ਠੰਡਾ ਰਹਿ ਇੱਕ ਦਿਨ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਇਸ ਕਰਕੇ ਉਹ ਗੱਲ ਚੇਤੇ ਰੱਖ ਮਿੱਟੀ ਵਰਗਾ ਹੀ ਬਣ ਕੇ ਰਹਿ ਮਿੱਟੀ ਵਿੱਚ ਹੀ ਮਿਲ ਕੇ ਰਹਿ ਮਿੱਟੀ ਦੇ ਵਿੱਚ ਹੀ ਰਲ ਕੇ ਰਹਿ ਇਸ ਕਰਕੇ ਨੀਵਾ ਬਣ ਕੇ ਰਹਿ ਹਮੇਸ਼ਾ ਮਨ ਨੂੰ ਨੀਵਾ ਰੱਖ ਮਨ ਨਿਮਾ ਮਤ ਉੱਚੀ ਇਹ ਹੀ ਬਾਬਾ ਨਾਨਕ ਸਾਨੂੰ ਸਮਝਾਉਂਦੇ ਨੇ ਅਗਲੀ ਗੱਲ ਲਿਖਦੇ ਨੇ ਸ਼ੇਖ ਸਾਦੀ ਇਹ ਦੁਨੀਆ ਖੂਬਾਂਗ ਹੈ ਜਿੱਦਾਂ ਦੀ ਆਵਾਜ਼ ਦਿਓਗੇ ਓਦਾਂ ਦੀ ਆਵਾਜ਼ ਵਾਪਸ ਆਏਗੀ ਇਸ ਕਰਕੇ ਜੇ ਪਿਆਰ ਵੰਡੋਗੇ ਤਾਂ ਪਿਆਰ ਮਿਲੇਗਾ ਜੇ ਨਫ਼ਰਤ ਵੰਡੋਗੇ ਤਾਂ ਨਫ਼ਰਤ ਮਿਲੇਗੀ ਅੱਜ ਪਿਆਰ ਦਿੱਤਾ ਤਾਂ ਘੁੰਮ ਕੇ ਪਿਆਰ ਬਣ ਕੇ ਹੀ ਆਏਗਾ ਨਾਲ ਵਿਆਜ ਵੀ ਪੈ ਕੇ ਆਏਗਾ ਜੇ ਨਫ਼ਰਤ ਵੰਡੋਗੇ ਤਾਂ ਘੁੰਮ ਕੇ ਨਫ਼ਰਤ ਬਣ ਕੇ ਹੀ ਆਏਗੀ ਨਾਲ ਵਿਆਜ ਵੀ ਪੈ ਕੇ ਆਏਗਾ ਇਸ ਕਰਕੇ ਹਮੇਸ਼ਾ ਪਿਆਰ ਵੰਡੋ ਜੋ ਦਿਓਗੇ ਉਹੀ ਰਿਟਰਨ ਹੋਣਾ ਉਹੀ ਤੁਹਾਨੂੰ ਮਿਲਣਾ ਤੇ ਮਾਂ ਬੋਲੀ ਇੱਕ ਮਿਠਾਸ ਹੈ ਪਵਿੱਤਰਤਾ ਹੈ ਗੌਰਵ ਹੈ ਕਿਸ ਕਰਕੇ ਪਾਸ਼ਾ ਦਾ ਸਹੀ ਇਸਤੇਮਾਲ ਪਾਸ਼ਾ ਦਾ ਦੁਰਉਪਯੋਗ ਨਹੀਂ ਕਰਨਾ ਆ ਤੁਸੀਂ ਦੇਖਦੇ ਹੋ ਨਾ ਇਲੈਕਸ਼ਨ ਦੇ ਵਿੱਚ ਕਿਵੇਂ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਇਹ ਪਾਸ਼ਾ ਦਾ ਦੁਰਉਪਯੋਗ ਹੈ ਇਹ ਸ਼ੋਭਾ ਨਹੀਂ ਦਿੰਦਾ ਕਿਸੇ ਨੂੰ ਵੀ ਤੇ ਅਸਲੀ ਨੇਤਾ ਉਹ ਹੁੰਦਾ ਜੋ ਲੋਕਾਂ ਦੇ ਦਿਲ ਜਿੱਤ ਸਕੇ ਜੋ ਲੋਕਾਂ ਦੇ ਦਿਲ ਦੇ ਉੱਤੇ ਰਾਜ ਕਰੇ ਇਹ ਨੇ ਉਹਨਾਂ ਦੇ ਵਚਨ ਜੋ ਤੁਸੀਂ ਰਾਜ ਸੱਤਾ ਨੂੰ ਕਹਿ ਸਕਦੇ ਹੋ ਜੋ ਪਾਵਰਸ ਦੇ ਵਿੱਚ ਬੈੰਦੇ ਨੇ ਲੋਕ ਉਹਨਾਂ ਨਾਲ ਗੱਲ ਹੋ ਸਕਦੀ ਹੈ ਜਿੱਥੇ ਬਾਬਾ ਨਾਨਕ ਸੰਵਾਦ ਦੀ ਗੱਲ ਕਰਦੇ ਨੇ ਉਸੇ ਤਰ੍ਹਾਂ ਇਹ ਸ਼ੇਖ ਸਾਦਿਕ ਸੰਵਾਦ ਨੂੰ ਕਿੰਨੀਆਂ ਚੀਜ਼ਾਂ ਦੇ ਉੱਤੇ ਆਧਾਰ ਦੇਣਾ ਉਸ ਦੀ ਗੱਲ ਕਰਦੇ ਨੇ ਇਹ ਅੱਜ ਗੱਲਾਂ ਚੇਤੇ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਨਵੇਂ ਪੰਜਾਬ ਦਾ ਨਿਰਮਾਣ ਕਰਨ ਜਾ ਰਹੇ ਹਾਂ ਸਾਨੂੰ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦੀਆਂ ਗੱਲਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਤਾਂ ਹੀ ਇੱਕ ਨਵਾਂ ਪੰਜਾਬ ਸਿਰਜ ਸਕਦੇ ਹਾਂ ਗੱਪਾਂ ਮਾਰਨ ਨਾਲ ਨਹੀਂ ਸਿਰਜ ਸਕਦੇ ਸਾਨੂੰ ਚਾਹੀਦਾ ਹੈ ਸਾਡੇ ਗੁਰੂ ਸਹਿਬਾਨ ਦਾ ਵਿਕਾਸ ਮਾਡਲ ਇਸ ਮਾਡਲ ਦੇ ਉੱਤੇ ਅਧਾਰਿਤ ਹੋ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ ਕਿਰਤ ਕਰ ਸਕਦੇ ਹਾਂ ਨਾਮ ਜਪ ਸਕਦੇ ਹਾਂ ਵੰਡ ਛੱਕ ਸਕਦੇ ਹਾਂ ਪੰਜਾਬ ਨੂੰ ਅੱਜ ਇਨ੍ਹਾਂ ਨਸੀਹਤਾਂ ਦੀ ਲੋੜ ਹੈ ਸਾਨੂੰ ਸਭ ਨੂੰ ਅੱਜ ਇਨ੍ਹਾਂ ਨਸੀਹਤਾਂ ਦੀ ਲੋੜ ਹੈ ਹੁਣ ਆਪਾਂ ਗੱਲਾਂ ਕਰਦੇ ਹਾਂ ਉਹਨਾਂ ਸਵਾਲਾਂ ਦੀਆਂ ਜਿਹੜੇ ਸਵਾਲ ਅਸੀਂ ਪੁੱਛ ਸਕਦੇ ਹਾਂ ਸਿਆਸੀ ਆਗੂਆਂ ਕੋਲੋਂ ਸਿਆਸੀ ਪਾਰਟੀਆਂ ਕੋਲੋਂ ਬਈ ਗੱਲ ਮਤਲਬ ਜਦੋਂ ਉਹ ਆਉਂਦੇ ਨੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਬਈ ਹੁਣ ਤੱਕ ਕਿੱਥੇ ਸੀ ਹੁਣ ਆਇਓ ਤੇ ਫਿਰ ਸਵਾਲ ਸਾਡੇ ਨੇ ਜਵਾਬ ਤੁਹਾਡੇ ਹੋਣੇ ਚਾਹੀਦੇ ਨੇ ਸਾਨੂੰ ਜਵਾਬ ਦਿਓ ਤੁਸੀਂ ਜਵਾਬ ਦੇਓ ਤਾਂ ਹੀ ਅਸੀਂ ਵੋਟਾਂ ਦਿੰਦੇ ਪਈਆਂ ਨਾ ਤਾਂ ਕਿ ਤੁਸੀਂ ਲੀਡਰ ਹੋ ਤੇ ਲੀਡਰ ਬਣਨ ਦਾ ਜੇ ਸ਼ੌਕ ਰੱਖਦੇ ਹੋ ਤਾਂ ਲੀਡਰ ਜਵਾਬ ਦਿੰਦਾ ਹੁਣ ਜਵਾਬ ਦਿਓ ਜਿਹੜਾ ਪੰਜਾਬ ਦੇ ਸਿਰ ਚੜਿਆ ਹੋਇਆ ਕਰਜ਼ਾ ਹੈ ਉਹਨੂੰ ਉਤਾਰਨ ਦਾ ਕੀ ਤੁਹਾਡੇ ਕੋਲ ਉਪਾਅ ਹੈ ਉਹਨੂੰ ਉਤਾਰਨ ਦਾ ਕੀ ਤੁਹਾਡੇ ਕੋਲ ਹੱਲ ਹੈ ਕਿੱਦਾਂ ਉਤਾਰਨਾ ਕਰਜ਼ਾ ਇਹ ਜਵਾਬ ਦਿਓ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਮਾਫੀਆ ਸਰਗਰਮ ਨੇ ਕਿਉਂਕਿ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਮਾਫੀਆ ਰਾਜ ਚੱਲਦਾ ਇਹ ماہر ਮੰਨਦੇ ਨੇ ਉਹਨਾਂ ਨੂੰ ਨਕੇਲ ਕਿਵੇਂ ਪਾਉਣੀ ਆ ਉਹ ਮਾਫੀਆ ਰਾਜ ਤੁਸੀਂ ਖਤਮ ਕਿਵੇਂ ਕਰਨਾ ਇਹਦਾ ਜਵਾਬ ਦਿਓ ਅਗਲੀ ਗੱਲ ਜਿਹੜੇ ਛੋਟੇ ਕਿਸਾਨ ਨੇ ਸਿਮਾਂਤ ਕਿਸਾਨ ਨੇ ਜਿਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੈ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਕੀ ਉਹਨਾਂ ਨੂੰ ਸ਼ਹਿਰ ਭੇਜ ਦੇਣਾ ਹੈ ਫੈਕਟਰੀਆਂ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਕੀ ਕਰਨਾ ਹੈ ਉਹਨਾਂ ਦਾ ਉਨ੍ਹਾਂ ਦੀ ਤੁਸੀਂ ਬਚਾਓ ਦੀ ਨੀਤੀ ਕੀ ਰੱਖਣੀ ਹੈ ਤਾਂ ਕਿ ਉਹ ਛੋਟੇ ਗਰੀਬ ਕਿਸਾਨ ਬਚ ਸਕਣ ਤੇ ਖੇਤੀਬਾੜੀ ਦਾ ਆਪਣਾ ਜੋ ਪੁਸ਼ਤੈਨੀ ਧੰਦਾ ਉਹ ਕਰਦੇ ਰਹਿਣ ਅਗਲਾ ਸਵਾਲ ਜਿਹੜਾ ਜ਼ਮੀਨ ਦੇ ਥੱਲੇ ਪਾਣੀ ਖਤਮ ਹੋ ਗਿਆ ਬਹੁਤ ਥੱਲੇ ਚਲਾ ਗਿਆ ਉਹਦਾ ਕੀ ਇਲਾਜ ਕਰਨਾ ਕਿਉਂਕਿ ਪੰਜਾਬ ਦੇ ਅੰਦਰ ਵਾਟਰ ਟੇਬਲ ਬਹੁਤ ਡਾਊਨ ਜਾ ਚੁੱਕਾ ਅੱਗੇ ਕਹਿੰਦੇ ਨੇ ਕਿ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੋ ਸਕਦੀ ਆ ਕਿੱਦਾਂ ਕਰਨਾ ਖੇਤੀਬਾੜੀ ਵਾਸਤੇ ਵੀ ਪਾਣੀ ਚਾਹੀਦਾ ਜਿਉਣ ਵਾਸਤੇ ਵੀ ਪਾਣੀ ਚਾਹੀਦਾ ਇਹਦਾ ਕੀ ਇਲਾਜ ਲੱਭਣਾ ਇਹਦੀ ਗੱਲ ਕਰੋ ਪੰਜਾਬ ਦੇ ਵਿੱਚ ਇੰਡਸਟਰੀ ਖਤਮ ਹੋ ਚੁੱਕੀ ਆ ਉਸ ਇੰਡਸਟਰੀ ਨੂੰ ਸੁਰਜੀਤ ਕਿਵੇਂ ਕਰਨਾ ਮੁਰ ਤੋਂ ਜਿਉਂਦਿਆਂ ਜਾਗਦਿਆਂ ਕਿਵੇਂ ਕਰਨਾ ਉਹਦੇ ਚ ਜਾਨ ਕਿਵੇਂ ਫੂਕਣੀ ਆ ਪੰਜਾਬ ਦੀ ਇੰਡਸਟਰੀ ਵਾਸਤੇ ਨੀਤੀ ਕੀ ਹੈ ਐਗਰੀਕਲਚਰ ਵਾਸਤੇ ਵੀ ਨੀਤੀ ਚਾਹੀਦੀ ਆ ਇੰਡਸਟਰੀ ਵਾਸਤੇ ਵੀ ਨੀਤੀ ਚਾਹੀਦੀ ਹੈ ਇਹ ਦੋਨੋਂ ਨੀਤੀਆਂ ਗਾਇਬ ਨੇ ਸਾਡੇ ਮੈਨੀਫੈਸਟੋ ਦੇ ਵਿੱਚੋਂ ਨੀਤੀ ਕਾੜਿਆ ਨੂੰ ਕਹੋ ਇਹ ਨੀਤੀਆਂ ਕੜਨ ਤਾਂ ਕਿ ਸਾਨੂੰ ਦੱਸਣ ਕਿਉਂਕਿ ਇਹਨਾਂ ਦੋਵਾਂ ਦੇ ਆਧਾਰਿਤ ਹੀ ਸਰਵਿਸ ਸੈਕਟਰ ਹੋ ਸਕਦਾ ਜਿਹੜੀਆਂ ਅਸੀਂ ਸਰਵਿਸਿਜ਼ ਦੇਣੀਆਂ ਨੇ ਤਾਂ ਹੀ ਰੋਜ਼ਗਾਰ ਆਉਣਾ ਹੈ ਇਹਦੇ ਬਾਰੇ ਕੀ ਨੀਤੀ ਹੈ ਇਹ ਵੀ ਦੱਸੋ ਅਗਲਾ ਸਵਾਲ ਤੁਸੀਂ ਕੀ ਪੁੱਛਣਾ ਹੈ ਕਿ ਜਿਹੜੇ ਨੌਜਵਾਨ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਵਾਸਤੇ ਬੜੀ ਖੇਚਲ ਵਾਲੀ ਗੱਲ ਹੋ ਗਈ ਆ ਉਹਨਾਂ ਵਾਸਤੇ ਬੜੀ ਦਿੱਕਤ ਵਾਲੀ ਗੱਲ ਹੋ ਗਈ ਆ ਡਿਗਨਿਟੀ ਆਫ ਐਜੂਕੇਸ਼ਨ ਗਾਇਬ ਹੈ ਜਿੱਦਾਂ ਦੀ ਪੜ੍ਹਾਈ ਲਿਖਾਈ ਹੈ ਜਿੱਦਾਂ ਦੀ ਉਹਨਾਂ ਨੇ ਸਿੱਖਿਆ ਹੈ ਉਹਦੇ ਮੁਤਾਬਿਕ ਕੰਮ ਨਹੀਂ ਮਿਲਦਾ ਪਿਆ ਫਿਰ ਉਹ ਕੀ ਕਰਨੀ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਹੱਲ ਹੈ ਇੱਕ ਰੋਜ਼ਗਾਰ ਵਾਸਤੇ ਇੱਕ ਪੜ੍ਹੇ ਲਿਖੇ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਇਹ ਦੋ ਚੀਜ਼ਾਂ ਨੇ ਇਹ ਦੋਵਾਂ ਵਾਸਤੇ ਕੀ ਹੱਲ ਹੈ ਤੇ ਜਿਹੜੇ ਖੇਤੀਬਾੜੀ ਦੇ ਸੈਕਟਰ ਵਿੱਚ ਲੋਕ ਕੰਮ ਕਰਦੇ ਨੇ ਉਹਨਾਂ ਦੇ ਰੋਜ਼ਗਾਰ ਵਾਸਤੇ ਕੀ ਹਾਲ ਹੈ ਕਈ ਮਜ਼ਦੂਰ ਔਰਤਾਂ ਵੀ ਕੰਮ ਕਰਦੀਆਂ ਨੇ ਉਹਨਾਂ ਵਾਸਤੇ ਕੀ ਹਾਲ ਹੈ ਇਹ ਸਾਰੀਆਂ ਗੱਲਾਂ ਤੁਹਾਨੂੰ ਜਵਾਬ ਦੇਣੇ ਪੈਣਗੇ ਨਾਲ ਦੀ ਨਾਲ ਕਰਦੇ ਆ ਕਿ ਜਿਹੜੀ ਮਿਆਰੀ ਸਿੱਖਿਆ ਤੇ ਸਿਹਤ ਸਹੂਿਦਾਵਾਂ ਨੇ ਉਹਨਾਂ ਬਾਰੇ ਤੁਹਾਡੀ ਕੀ ਨੀਤੀ ਹੈ ਗੁਪਤ ਕੋਲ এডਿਕੇਸ਼ਨ ਨਹੀਂ ਹੈ ਲੋਕਾਂ ਦੀ ਸਿਹਤ ਵਾਸਤੇ ਸੁਵਿਧਾਵਾਂ ਨਹੀਂ ਸਰਕਾਰੀ ਹਸਪਤਾਲਾਂ ਦਾ ਜੋ ਹਾਲ ਹੈ ਸਾਨੂੰ ਸਭ ਨੂੰ ਪਤਾ ਤੇ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਨੇ ਭਾਵੇਂ এডਿਕੇਸ਼ਨ ਦੇ ਹੁਣ ਤੇ ਭਾਵੇਂ ਪ੍ਰਾਈਵੇਟ ਹਸਪਤਾਲ ਹੁਣ ਕਿੰਨੇ ਮਹਿੰਗੇ ਨੇ ਉੱਥੇ ਕੀ ਕਰੀਏ ਤੇ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਉੱਥੇ ਕੀ ਕਰੀਏ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਨੀਤੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਇਹਦਾ ਜਵਾਬ ਦਿਓ ਅਗਲੀ ਗੱਲ ਕਿ ਜਿਹੜਾ ਇਹ ਭ੍ਰਸ਼ਟਾਚਾਰ ਫੈਲਿਆ ਹੋਇਆ ਹੈ ਕਰਾਪਸ਼ਨ ਫੈਲੀ ਹੋਈ ਹੈ ਕਿ ਮੁਕਤ ਕਿਵੇਂ ਹੋਣਾ ਹੈ ਸਾਡੇ ਪ੍ਰਸ਼ਾਸਨ ਨੇ ਸਾਡੀ ਐਡਮਿਨਿਸਟ੍ਰੇਸ਼ਨ ਨੇ ਸਾਫ਼ ਸੁਥਰਾ ਕਿਵੇਂ ਹੋਣਾ ਹੈ ਭ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਕਿਦਾਂ ਤੁਸੀਂ ਕਾਇਮ ਕਰਨਾ ਇਹਦਾ ਵੀ ਜਵਾਬ ਦਿਓ ਤੇ ਇੱਕ ਐਮਐਲਏ ਕਈ ਕਈ ਪੈਨਸ਼ਨਸ ਲੈਂਦਾ ਪਿਆ ਆ ਕਾਦੇ ਵਾਸਤੇ ਬਈ ਬਾਕੀ ਪੈਨਸ਼ਨਸ ਸਰੈਂਡਰ ਕਿਉਂ ਨਹੀਂ ਕਰ ਦਿੰਦਾ ਉਹ ਦੇਸ਼ ਹਿੱਤ ਵਾਸਤੇ ਪੰਜਾਬ ਦੇ ਹਿੱਤ ਵਾਸਤੇ ਕਿਉਂ ਨਹੀਂ ਸਰੈਂਡਰ ਕਰ ਦਿੰਦਾ 6 6 7 7 ਪੈਨਸ਼ਨਾਂ ਲੈਂਦਾ ਪਿਆ ਸਬਸਿਡੀਆਂ ਵੀ ਲੈਂਦਾ ਪਿਆ ਫਸਿਲਟੀਆਂ ਵੀ ਲੈਂਦਾ ਪਿਆ ਸਹੂਲਤਾਂ ਵੀ ਲੈਂਦਾ ਪਿਆ ਸਿਸਟਮ ਨੂੰ ਚੇਂਜ ਵੀ ਨਹੀਂ ਕਰਦਾ ਪਿਆ ਕੀ ਲੋੜ ਪਈ ਸਿਸਟਮ ਨੂੰ ਚੇਂਜ ਕਰਨ ਦੀ ਸਹੂਲਤਾਂ ਮਿਲਦੀਆਂ ਪਈਆਂ ਨੇ ਲਓ ਠੀਕ ਹੈ ਨਾ ਆਪਣੀ ਐਸ਼ ਪ੍ਰਸਤੀ ਚੱਲਦੀ ਪਈ ਹੈ ਠੀਕ ਹੈ ਕਰੋ ਪਰ ਲੋਕਾਂ ਵਾਸਤੇ ਕੰਮ ਵੀ ਤਾਂ ਕਰਨਾ ਐਸ਼ ਪ੍ਰਸਤੀ ਛੱਡ ਦਈਏ ਸਹੂਲਤਾਂ ਨੂੰ ਇੱਕ ਪਾਸੇ ਕਰ ਦਈਏ ਇਹ ਜਿਹੜੀਆਂ ਇੰਨੀਆਂ ਪੈਨਸ਼ਨਸ ਲੈਂਦੇ ਪਏ ਆ ਇਹਦੇ ਬਾਰੇ ਸੋਚੋ ਸਬਸਿਡੀਆਂ ਲੈਂਦੇ ਪਏ ਆ ਪਤਾ ਨਹੀਂ ਕੀ ਕੀ ਸਹੂਲਤਾਂ ਮਿਲਦੀਆਂ ਪਈਆਂ ਉਹਦੇ ਬਾਰੇ ਸੋਚੋ ਪੰਜਾਬ ਦੇ ਆਮ ਲੋਕਾਂ ਦੇ ਬਾਰੇ ਸੋਚੋ ਇਹਦੇ ਬਾਰੇ ਕੀ ਨੀਤੀ ਹੈ ਤੁਹਾਡੀ ਸਾਰਿਆਂ ਦੀ ਇਹ ਵੀ ਜਵਾਬ ਦਿਓ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਪੁਲਿਸ ਪਾਰਟੀ ਹੈ ਉਹਨੂੰ ਨਿਰਪੱਖ ਕਿਵੇਂ ਕਰਨਾ ਹੈ ਉਹਨਾਂ ਦਾ ਸਿਆਸੀਕਰਨ ਨਾ ਕੀਤਾ ਜਾਵੇ ਸਾਰੇ ਸਿਸਟਮ ਦਾ ਸਾਰੇ ਸਮਾਜ ਦਾ ਸਿਆਸੀਕਰਨ ਕਰਕੇ ਰੱਖ ਦਿੱਤਾ ਆਪਣੇ ਸਿਆਸੀ ਫਾਇਦਿਆਂ ਵਾਸਤੇ ਜਿਹੜੀਆਂ ਇਹ ਅਲੱਗ-ਅਲੱਗ ਸੰਸਥਾਵਾਂ ਨੇ ਉਹਨਾਂ ਦਾ ਤੁਸੀਂ ਇਸਤੇਮਾਲ ਕਰਦੇ ਹੋ ਲੋਕਾਂ ਦੀ ਬਾ ਮਰੋਣਨ ਵਾਸਤੇ ਤਾਂ ਕਿ ਤੁਸੀਂ ਆਪਣੇ ਸਿਆਸੀ ਫਾਇਦੇ ਉਹਦੇ ਵਿੱਚੋਂ ਲੈ ਸਕੋ ਇਹ ਵੱਡੀਆਂ-ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਸਰਕਾਰੀ ਛਾਪੇ ਮਾਰੀ ਦੀਆਂ ਇਹ ਛਾਪੇ ਉੱਥੇ ਕਿਉਂ ਮਾਰਦੀਆਂ ਨੇ ਜਿੱਥੇ ਤੁਸੀਂ ਚਾਹੁੰਦੇ ਹੋ ਇਹ ਇਲੈਕਸ਼ਨਸ ਦੇ ਨੇੜੇ ਕਿਉਂ ਛਾਪੇ ਸ਼ੁਰੂ ਹੁੰਦੇ ਨੇ ਅੱਗੇ ਪਿੱਛੇ ਨਹੀਂ ਹੁੰਦੇ ਕਾਰਨ ਕੀ ਹੈ ਇਹਨਾਂ ਦਾ ਵੀ ਸਿਆਸੀਕਰਨ ਕਰਕੇ ਰੱਖ ਦਿੱਤਾ ਇਹ ਸਾਰੀ ਐਡਮਿਨਿਸਟ੍ਰੇਸ਼ਨ ਦਾ ਸਿਆਸੀਕਰਨ ਕਿਉਂ ਕੀਤਾ ਗਿਆ ਇਸ ਦਾ ਜਵਾਬ ਕੌਣ ਦੇਏਗਾ ਤਾਂ ਇਹ ਵੀ ਜਵਾਬ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅਗਲਾ ਸਵਾਲ ਜੇ ਜੋ ਕੇਂਦਰ ਤੋਂ ਸੂਬੇ ਦੀ ਖੁਦਮੁਖਤਾਰੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਕੇਂਦਰ ਜੋ ਹੈ ਕਈ ਵਾਰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦਾ ਹੈ ਸੂਬਿਆਂ ਨੂੰ ਤੇ ਸੂਬੇ ਦੇ ਜਿਹੜੇ ਅਧਿਕਾਰ ਨੇ ਅਕੋਰਡਿੰਗ ਟੂ ਦਿ ਕਨਸਟੀਟਿਊਸ਼ਨ ਸੰਵਿਧਾਨ ਦੇ ਮੁਤਾਬਿਕ ਉਹਨਾਂ ਦੀ ਰਾਖੀ ਕੌਣ ਕਰੇ ਸੋ ਉਹਨਾਂ ਦੀ ਰਾਖੀ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਕੇਂਦਰ ਤੇ ਜਿਹੜੇ ਸੂਬੇ ਨੇ ਇਹ ਦੋਵੇਂ ਰਾਜ ਜਿਹੜੇ ਨੇ ਇਹ ਦੋਵਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਦਾ ਆਪਸੀ ਤਾਲਮੇਲ ਚਾਹੀਦਾ ਤਾਂ ਕਿ ਲੋਕਾਂ ਦੀ ਭਲਾਈ ਹੋ ਸਕੇ ਲੋਕਾਂ ਦੀ ਭਲਾਈ ਵਾਸਤੇ ਕੰਮ ਹੋ ਸਕੇ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਹੋਵੇ ਕੋਈ ਵੀ ਸਿਆਸੀ ਆਗੂ ਹੋਵੇ ਆਪਣੇ ਬਾਰੇ ਤਾਂ ਸੋਚਣਾ ਹੀ ਨਹੀਂ ਸੋਚਣਾ ਹੀ ਲੋਕਾਂ ਬਾਰੇ ਹੈ ਲੋਕਾਂ ਦੀ ਭਲਾਈ ਬਾਰੇ ਦੇਸ਼ ਦੀ ਭਲਾਈ ਬਾਰੇ ਦੇਸ਼ ਤੋਂ ਇਲਾਵਾ ਦੇਸ਼ ਦੇ ਲੋਕਾਂ ਤੋਂ ਇਲਾਵਾ ਹੋਰ ਕੋਈ ਵੀ ਸੋਚ ਤੁਹਾਡੇ ਦਿਮਾਗ ਵਿੱਚ ਨਹੀਂ ਹੋਣੀ ਚਾਹੀਦੀ ਦੇਸ਼ ਦੀ ਸੁਰੱਖਿਆ ਕਿਵੇਂ ਕਰਨੀ ਹੈ ਲੋਕਾਂ ਦੀ ਸੁਰੱਖਿਆ ਕਿਵੇਂ ਕਰਨੀ ਹੈ ਬਾਹਰੀ ਤਾਕਤਾਂ ਤੋਂ ਵੀ ਤੇ ਜਿਹੜੇ ਅੰਦਰ ਵੀ ਦੁਸ਼ਮਣ ਬੈਠੇ ਨੇ ਦੇਸ਼ ਦੇ ਉਹਨਾਂ ਤੋਂ ਵੀ ਇਹ ਚੀਜ਼ ਸੋਚ ਵਿੱਚ ਹੋਣੀ ਚਾਹੀਦੀ ਹੈ ਇਸ ਕਰਕੇ ਕੇਂਦਰ ਦਾ ਤੇ ਰਾਜ ਸਰਕਾਰ ਦਾ ਇਕਤਾਲ ਮੇਲ ਜ਼ਰੂਰੀ ਆ ਸੋ ਇਹਦੇ ਬਾਰੇ ਕੀ ਜਵਾਬ ਹੈ ਅਗਲਾ ਸਵਾਲ ਜੋ ਬੜਾ ਇੰਪੋਰਟੈਂਟ ਤਾਂ ਕਿ ਜਿਹੜੀਆਂ ਪੰਚਾਇਤਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਿਵੇਂ ਮਜ਼ਬੂਤ ਕਰਨਾ ਕਿਉਂਕਿ ਅਸੀਂ ਦੇਖਦੇ ਆ ਕਿ ਸਾਡਾ ਜੋ ਪੂਰਾ ਭਾਰਤ ਹੈ ਇਹ ਪਿੰਡਾਂ ਦਾ ਹੀ ਦੇਸ਼ ਹੈ ਨਿੱਕੇ 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 ਪਿੰਡ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਪੰਚਾਇਤਾਂ ਨੇ ਨਾ ਇਹ ਆਪਣੇ ਆਪ ਚ ਵੱਡੀਆਂ ਵੱਡੀਆਂ ਸਰਕਾਰਾਂ ਹੀ ਨੇ ਇਹਨਾਂ ਨੂੰ ਪਾਵਰ ਦਿਓ ਤਾਂ ਕਿ ਪਿੰਡ ਦੇ ਮਸਲੇ ਪਿੰਡੇ ਚ ਹੀ ਹੱਲ ਹੋ ਜਾਣ ਇਹ ਨਹੀਂ ਕਿ ਅਦਾਲਤਾਂ ਦੇ ਚੱਕਰ ਲਾਉਂਦੇ ਫਿਰ ਨਾ ਕਿਤੇ ਗਵਰਨਮੈਂਟ ਦੇ ਆਫੀਸਰਸ ਦੇ ਚੱਕਰ ਲਾਉਂਦੇ ਫਿਰ ਨਾ 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 ਬਿਲਕੁਲ ਨਹੀਂ ਪਿੰਡਾਂ ਦੇ ਮਸਲੇ ਪਿੰਡਾਂ 'ਚ ਹੱਲ ਹੋ ਜਾਣ ਪਿੰਡਾਂ ਦਾ ਵਿਕਾਸ ਪਿੰਡਾਂ ਵਿੱਚ ਹੀ ਹੋਵੇ ਉਹਨਾਂ ਨੂੰ ਸਭ ਵਿਉਂਤਬੰਦੀ ਕਰਕੇ ਦਿਓ ਕਿ ਆਪਣਾ ਵਿਕਾਸ ਕਿਵੇਂ ਕਰਨਾ ਹੈ ਸਕੂਲ ਕਿਵੇਂ ਖੋਲ੍ਹ ਲੈਨੇ ਹਸਪਤਾਲ ਕਿਵੇਂ ਖੋਲ੍ਹ ਲੈਨੇ ਟੀਚਰਸ ਦਾ ਪ੍ਰਬੰਧ ਕਿਵੇਂ ਕਰਨਾ ਹੈ ਤੇ ਡਾਕਟਰਸ ਦਾ ਪ੍ਰਬੰਧ ਕਿਵੇਂ ਕਰਨਾ ਹੈ ਬਾਕੀ ਵੀ ਜਿਹੜੇ ਪੰਜਾਬ ਦੇ ਵਿੱਚ ਨਿੱਕੇ ਨਿੱਕੇ ਪਿੰਡਾਂ ਦੇ ਨਿੱਕੇ ਨਿੱਕੇ ਮਸਲੇ ਨੇ ਉਹ ਵੱਡੇ ਵੱਡੇ ਮਸਲੇ ਨਹੀਂ ਉਹਨਾਂ ਵਾਸਤੇ ਤੁਹਾਡੇ ਵਾਸਤੇ ਨਿੱਕੇ ਨਿੱਕੇ ਹੋ ਸਕਦੇ ਨੇ ਜਿਹੜੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਹੋ ਵੱਡੇ ਵੱਡੇ ਦਫ਼ਤਰਾਂ 'ਚ ਬੈਠੇ ਹੋ ਤਾਂ ਇਹ ਜ਼ਰੂਰੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਫੰਡ ਪੂਰੇ ਦਿਓ ਉਹਨਾਂ ਨੂੰ ਤਾਕਤਾਂ ਦਿਓ ਉਹਨਾਂ ਨੂੰ ਮਜ਼ਬੂਤ ਕਰੋ ਤਾਂ ਕਿ ਉਹ ਪਿੰਡਾਂ ਦੇ ਮਸਲੇ ਪਿੰਡਾਂ 'ਚ ਹੀ ਹੱਲ ਕਰ ਲੈਣ ਤਾਂ ਅੱਜ ਜ਼ਰੂਰਤ ਹੈ ਕਿ ਨੇਕ ਲੋਕ ਚੰਗੇ ਲੋਕ ਅੱਗੇ ਆਉਣ ਤੇ ਲੋਕ ਉਹਨਾਂ ਨੂੰ ਵੋਟ ਪਾਉਣ ਜਿਹੜੇ ਵਾਕਈ ਚੰਗੇ ਦੇ ਨੇਕ ਲੋਕ ਨੇ ਭਾਵੇਂ ਉਹ ਹਾਰ ਜਾਂਦੇ ਨੇ ਇਲੈਕਸ਼ਨਸ ਦੇ ਵਿੱਚ ਕੋਈ ਗੱਲ ਨਹੀਂ ਪਰ ਨੇਕ ਲੋਕ ਚੰਗੇ ਲੋਕ ਅੱਗੇ ਤਾਂ ਆਏ ਅੱਜ ਨਹੀਂ ਤੇ ਕੱਲ ਜਿੱਤਣਗੇ ਪੰਜਾਬ ਦੇ ਭਵਿੱਖ ਵਾਸਤੇ ਵਧੀਆ ਲੋਕ ਬਿਹਤਰ ਲੋਕ ਅੱਗੇ ਆਉਣਗੇ ਤਾਂ ਹੀ ਵਧੀਆ ਫੈਸਲੇ ਹੋਣਗੇ ਤਾਂ ਹੀ ਵਧੀਆਂ ਨੀਤੀਆਂ ਬਣਨਗੀਆਂ ਬਿਹਤਰ ਲੋਕ ਬਿਹਤਰ ਨੀਤੀਆਂ ਬਿਹਤਰ ਫੈਸਲੇ ਬਿਹਤਰ ਪੰਜਾਬ ਸੋ ਇਹ ਗੱਲਾਂ ਜ਼ਰੂਰੀ ਨੇ ਇਸ ਕਰਕੇ ਨੀਤੀਆਂ ਹੁਣ ਏਸੀ ਵਾਲੇ ਕਮਰਿਆਂ ਦੇ ਵਿੱਚ ਬਹਿ ਕੇ ਨਹੀਂ ਬਣਨੀਆਂ ਨੀਤੀਆਂ ਬਣਨਗੀਆਂ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਵਿੱਚ ਬਹਿ ਕੇ ਲੋਕਾਂ ਦੀ ਸਾਥ ਦੇ ਵਿੱਚ ਬਹਿ ਕੇ ਗੱਲਾਂ ਕਰਕੇ ਜਿੱਦਾਂ ਬਾਬਾ ਨਾਨਕ ਸਮਝਾਉਂਦੇ ਨੇ ਸੰਵਾਦ ਕਰਕੇ ਸੰਵਾਦ ਦੀ ਸ਼ੈਲੀ ਅਪਣਾਓ ਤਾਂ ਹੀ ਤੁਸੀਂ ਉਹ ਨੀਤੀਆਂ ਬਣਾ ਸਕਦੇ ਹੋ ਜੋ ਪੰਜਾਬ ਲਈ ਤੇ ਪੰਜਾਬ ਦੇ ਲੋਕਾਂ ਲਈ ਫਾਇਦੇਮੰਦ ਹੋ ਸਕਦੀਆਂ ਨੇ ਤੇ ਤੁਹਾਡੇ ਆਪਣੇ ਪੋਲੀਟੀਕਲ ਕੈਰੀਅਰ ਵਾਸਤੇ ਵੀ ਫਾਇਦੇਮੰਦ ਹੋ ਸਕਦੀਆਂ ਨੇ ਕਿਉਂਕਿ ਜੋ ਨੇਤਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦਾ ਉਹੀ ਲੰਬੀ ਖੇਡ ਖੇਡ ਸਕਦਾ ਉਹੀ ਲੰਬੀ ਰੇਸ ਦਾ ਕੋੜਾ ਹੋ ਸਕਦਾ ਸੋ ਇਸ ਕਰਕੇ ਜ਼ਰੂਰੀ ਹੈ ਸੰਵਾਦ ਰਚੋ ਤੇ ਆਪਣੇ ਬਜ਼ੁਰਗਾਂ ਦੀਆਂ ਪੀਰਾਂ ਪੈਗੰਬਰਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ ਉੱਤੇ ਚੱਲਦੇ ਹੋਏ ਉਹਨਾਂ ਦੇ ਉੱਤੇ ਖੜੇ ਹੋ ਕੇ ਉਹਨਾਂ ਨੂੰ ਆਪਣਾ ਆਧਾਰ ਬਣਾ ਕੇ ਰਾਜਨੀਤੀ ਕਰੋ ਸੋ ਇਹੀ ਸਾਡੇ ਸਾਰਿਆਂ ਦੇ ਹੱਕ ਵਿੱਚ ਹੈ ਇਹੀ ਸਾਡੇ ਸਾਰਿਆਂ ਦੇ ਭਲੇਦਾਰਾ ਖੋਲਦਾ ਸਾਨੂੰ ਖੁਸ਼ੀ ਹੈ ਕਿ ਤੁਸੀਂ ਮੁੱਦਾ ਪ੍ਰੋਗਰਾਮ ਦਾ ਹਿੱਸਾ ਬਣੇ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਸਸਕਾਲਜੀ